ਇੱਕ ਪਾਣੀ ਅਤੇ ਕੋਲਡ ਡਰਿੰਕ ਦੇ ਨਾਲ ਭਰਿਆ ਟਰੱਕ ਸੜਕ ਤੇ ਪਲਟ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਇਹ ਟਰੱਕ ਪੁਲ ਤੋਂ ਉੱਤਰ ਰਿਹਾ ਸੀ ਤੇ ਗੋਲ ਚੱਕਰ ਦੇ ਕੋਲ ਘੁੰਮਣ ਲੱਗਿਆ ਤਾਂ ਅਚਾਨਕ ਹੀ ਟਰੱਕ ਬੇਕਾਬੂ ਹੋ ਗਿਆ ਅਤੇ ਬੇਕਾਬੂ ਹੋਣ ਤੋਂ ਬਾਅਦ ਇਹ ਸੜਕ ਤੇ ਹੀ ਪਲਟੀ ਹੋ ਗਿਆ। ਹਾਲਾਂਕਿ ਜਦੋਂ ਇਹ ਪਲਟੀ ਹੋਇਆ ਤਾਂ ਕੋਲਡ ਡਰਿੰਕ ਦੀਆਂ ਬੋਤਲਾਂ ਅਤੇ ਪਾਣੀ ਦੀਆਂ ਬੋਤਲਾਂ ਸੜਕ ਦੇ ਉੱਤੇ ਹੀ ਖਿੰਡ ਗਈਆਂ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਲੋਕ ਮੌਕੇ ਤੇ ਸੀ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਟਰੱਕ ਹੈ ਇਹ ਕਾਫੀ ਹੌਲੀ ਸਪੀਡ ਤੇ ਸੀ, ਪਰ ਜਿਵੇਂ ਹੀ ਇਸਨੇ ਗੋਲ ਚੱਕਰ ਤੋਂ ਮੁੜਨ ਦੇ ਲਈ ਮੋੜ ਕੱਟਿਆ ਤਾਂ ਅਚਾਨਕ ਹੀ ਇਹ ਸੜਕ ਦੇ ਉੱਤੇ ਪਲਟੀ ਹੋ ਗਿਆ, ਜਿਸ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਜੋ ਸਮਾਨ ਸੀ ਉਹ ਸਾਰਾ ਸੜਕ ਤੇ ਹੀ ਖਿਲਰ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਜੋ ਰਸਤਾ ਸੀ ਉਹ ਸਾਫ਼ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਜਾਰੀ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਨੰਗਲ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਟਰੱਕ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਿਆ। ਗਨੀਮਤ ਰਹੀ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਸਰ ਗੋਲ ਚੱਕਰ ਦੇ ਡਰਾਈਵਰ ਬਿਲਕੁਲ ਸਲੋ ਆ ਰਿਹਾ ਦਾ, ਇਹ ਪਾਣੀ ਦਾ ਠੰਡੇ ਦੀ ਬੋਤਲਾਂ ਭਰੇ ਹੋਣੇ, ਪਾਣੀ ਕਰਕੇ ਗੱਡੀ ਝੋਲ ਮਾਰ ਗਈ, ਬਾਕੀ ਕੁਛ ਨਹੀਂ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਡਰਾਈਵਰ ਬਿਲਕੁਲ ਸੁਰੱਖਿਅਤ ਹੈ, ਮਾਲਕ ਇਹਦੇ ਨਾਲ ਅਗੜ ਦੀ ਗੱਡੀ ਹੈ, ਮਾਲਕ ਆ ਰਿਹਾ ਆਪਣਾ ਲੈ ਜਾਣਗੇ ਥੋੜ੍ਹੀ ਦੇਰ। ਹਾਂਜੀ ਬਿਲਕੁਲ, ਪੁਲਿਸ ਨੇ ਕੀ ਵਿਵਸਥਾ ਕੀਤੀ? ਉਹ ਤੋਂ ਪਹਿਲੇ ਪਾਸੇ ਗੱਡੀ ਲਾਈ, ਉਹ ਟ੍ਰੈਫਿਕ ਡਾਇਵਰਟ ਕਰ ਰਹੀ ਹੈ। ਸਰ ਅਸੀਂ ਨਾ ਸ਼ਿਵਾਲਿਕ 'ਚ ਮੰਡੀ ਲੱਗੀ ਸੀਗੀ, ਉੱਥੇ ਖੜ੍ਹੇ ਸੀਗੇ, ਰਾਹਗੀਰ ਗਏ, ਉਹ ਕਹਿੰਦੇ ਵੀ ਉੱਥੇ ਟਰੱਕ ਪਲਟ ਗਿਆ, ਅਸੀਂ ਤੁਰੰਤ ਇੱਥੇ ਪਹੁੰਚ ਗਏ। ਤੁਰੰਤ ਪਹੁੰਚੇ ਆ ਕੇ ਦੇਖਿਆ ਅਤੇ ਡਰਾਈਵਰ ਕਨੈਕਟਰ ਵਿੱਚ ਸੀਗੇ, ਜਿਹੜੇ ਪਬਲਿਕ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਦਾ ਕੋਈ ਸੱਟ ਚੋਟ ਜ਼ਿਆਦਾ ਨਹੀਂ ਸੀਗੀ, ਠੀਕ ਸੀਗੇ। ਅਤੇ ਇਸ ਟਰੱਕ ਪਲਟਣ ਨਾਲ ਇੱਕ ਸਾਈਡ ਜਿਹੜੀ ਮਨੀਮ ਚੌਂਕ ਦੀ ਆ ਉਹ ਬੰਦ ਹੋ ਗਈ ਬਿਲਕੁਲ ਹੀ, ਅਤੇ ਹੁਣ ਦੂਈ ਸਾਈਡ ਤੋਂ ਅਡਵਾਈਡ ਕੀਤੀ ਹੈ ਟ੍ਰੈਫਿਕ, ਜਿਹੜੀ ਉਹ ਜਾਣੀ ਕਿ ਰੋਂਗ ਸਾਈਡ ਹੀ ਪਾਣੀ ਪੈ ਰਹੀ ਹੈ ਅਤੇ ਖੜ੍ਹ ਕੇ ਟਪਾ ਰਹੇ ਹਾਂ। ਪੁਲਿਸ ਕੋਈ ਜਾਂਚ ਚੱਲ ਰਹੀ ਹੈ ਇਹਨਾਂ ਦੀ, ਪੰਚਾਇਤ ਸਾਹਿਬ ਆਏ ਸੀਗੇ ਫਿਰ ਉਹ ਚਲ ਗਏ, ਅਤੇ ਇਹਨਾਂ ਦੇ ਮਾਲਕ ਮੁਲਕ ਬੁਲਾਏ ਆ ਅਤੇ ਇਹਨੂੰ ਹੁਣ ਹੈਡਰ ਵਗੈਰਾ ਨਾਲ ਸਾਈਡ 'ਤੇ ਕਰਾਵਾਂਗੇ। ਇੱਕ ਪਾਣੀ ਅਤੇ ਕੋਲਡ ਡਰਿੰਕ ਦੇ ਨਾਲ ਭਰਿਆ ਟਰੱਕ ਸੜਕ ਤੇ ਪਲਟ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਇਹ ਟਰੱਕ ਪੁਲ ਤੋਂ ਉੱਤਰ ਰਿਹਾ ਸੀ ਤੇ ਗੋਲ ਚੱਕਰ ਦੇ ਕੋਲ ਘੁੰਮਣ ਲੱਗਿਆ ਤਾਂ ਅਚਾਨਕ ਹੀ ਟਰੱਕ ਬੇਕਾਬੂ ਹੋ ਗਿਆ ਅਤੇ ਬੇਕਾਬੂ ਹੋਣ ਤੋਂ ਬਾਅਦ ਇਹ ਸੜਕ ਤੇ ਹੀ ਪਲਟੀ ਹੋ ਗਿਆ। ਹਾਲਾਂਕਿ ਜਦੋਂ ਇਹ ਪਲਟੀ ਹੋਇਆ ਤਾਂ ਕੋਲਡ ਡਰਿੰਕ ਦੀਆਂ ਬੋਤਲਾਂ ਅਤੇ ਪਾਣੀ ਦੀਆਂ ਬੋਤਲਾਂ ਸੜਕ ਦੇ ਉੱਤੇ ਹੀ ਖਿੰਡ ਗਈਆਂ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਲੋਕ ਮੌਕੇ ਤੇ ਸੀ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਟਰੱਕ ਹੈ ਇਹ ਕਾਫੀ ਹੌਲੀ ਸਪੀਡ ਤੇ ਸੀ, ਪਰ ਜਿਵੇਂ ਹੀ ਇਸਨੇ ਗੋਲ ਚੱਕਰ ਤੋਂ ਮੁੜਨ ਦੇ ਲਈ ਮੋੜ ਕੱਟਿਆ ਤਾਂ ਅਚਾਨਕ ਹੀ ਇਹ ਸੜਕ ਦੇ ਉੱਤੇ ਪਲਟੀ ਹੋ ਗਿਆ, ਜਿਸ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਜੋ ਸਮਾਨ ਸੀ ਉਹ ਸਾਰਾ ਸੜਕ ਤੇ ਹੀ ਖਿਲਰ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਜੋ ਰਸਤਾ ਸੀ ਉਹ ਸਾਫ਼ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਜਾਰੀ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਨੰਗਲ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਟਰੱਕ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਿਆ। ਗਨੀਮਤ ਰਹੀ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਸਰ ਗੋਲ ਚੱਕਰ ਦੇ ਡਰਾਈਵਰ ਬਿਲਕੁਲ ਸਲੋ ਆ ਰਿਹਾ ਦਾ, ਇਹ ਪਾਣੀ ਦਾ ਠੰਡੇ ਦੀ ਬੋਤਲਾਂ ਭਰੇ ਹੋਣੇ, ਪਾਣੀ ਕਰਕੇ ਗੱਡੀ ਝੋਲ ਮਾਰ ਗਈ, ਬਾਕੀ ਕੁਛ ਨਹੀਂ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਡਰਾਈਵਰ ਬਿਲਕੁਲ ਸੁਰੱਖਿਅਤ ਹੈ, ਮਾਲਕ ਇਹਦੇ ਨਾਲ ਅਗੜ ਦੀ ਗੱਡੀ ਹੈ, ਮਾਲਕ ਆ ਰਿਹਾ ਆਪਣਾ ਲੈ ਜਾਣਗੇ ਥੋੜ੍ਹੀ ਦੇਰ। ਸਰ ਮੌਕੇ ਤੇ ਪੁਲਿਸ ਆਈ ਸੀ? ਹਾਂਜੀ ਬਿਲਕੁਲ। ਪੁਲਿਸ ਨੇ ਕੀ ਵਿਵਸਥਾ ਕੀਤੀ? ਉਹ ਤੋਂ ਪਹਿਲੇ ਪਾਸੇ ਗੱਡੀ ਲਾਈ, ਉਹ ਟ੍ਰੈਫਿਕ ਡਾਇਵਰਟ ਕਰ ਰਹੀ ਹੈ। ਸਰ ਅਸੀਂ ਨਾ ਸ਼ਿਵਾਲਿਕ 'ਚ ਮੰਡੀ ਲੱਗੀ ਸੀਗੀ, ਉੱਥੇ ਖੜ੍ਹੇ ਸੀਗੇ, ਰਾਹਗੀਰ ਗਏ, ਉਹ ਕਹਿੰਦੇ ਵੀ ਉੱਥੇ ਟਰੱਕ ਪਲਟ ਗਿਆ, ਅਸੀਂ ਤੁਰੰਤ ਇੱਥੇ ਪਹੁੰਚ ਗਏ। ਤੁਰੰਤ ਪਹੁੰਚੇ ਆ ਕੇ ਦੇਖਿਆ
ਤੇ ਡਰਾਈਵਰ ਕਨੈਕਟਰ ਵਿੱਚ ਸੀਗੇ ਜਿਹੜੇ ਪਬਲਿਕ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਦਾ ਕੋਈ ਸੱਟ ਚੋਟ ਜ਼ਿਆਦਾ ਨਹੀਂ ਸੀਗੀ, ਠੀਕ ਸੀਗੇ। ਅਤੇ ਇਸ ਟਰੱਕ ਪਲਟਣ ਨਾਲ ਇੱਕ ਸਾਈਡ ਜਿਹੜੀ ਮਨੀਮ ਚੌਂਕ ਦੀ ਆ ਉਹ ਬੰਦ ਹੋ ਗਈ ਬਿਲਕੁਲ ਹੀ, ਅਤੇ ਹੁਣ ਦੂਈ ਸਾਈਡ ਤੋਂ ਡਿਵਾਈਡ ਕੀਤੀ ਹੈ ਟ੍ਰੈਫਿਕ ਜਿਹੜੀ ਉਹ ਜਾਣੀ ਕਿ ਰੋਂਗ ਸਾਈਡ ਹੀ ਪਾਣੀ ਪੈ ਰਹੀ ਹੈ ਅਤੇ ਖੜ੍ਹ ਕੇ ਟਪਾ ਰਹੇ ਹਾਂ। ਪੁਲਿਸ ਕੋਈ ਜਾਂਚ ਚੱਲ ਰਹੀ ਹੈ ਇਹਨਾਂ ਦੀ, ਪੰਚਾਇਤ ਸਾਹਿਬ ਆਏ ਸੀਗੇ ਫਿਰ ਉਹ ਚਲ ਗਏ, ਅਤੇ ਇਹਨਾਂ ਦੇ ਮਾਲਕ ਮੁਲਕ ਬੁਲਾਏ ਆ ਅਤੇ ਇਹਨੂੰ ਹੁਣ ਹੈਡਰਾ ਵਗੈਰਾ ਨਾਲ ਸਾਈਡ 'ਤੇ ਕਰਾਵਾਂਗੇ।